ਪੰਜਾਬ ਪਬਲਿਕ ਸਰਵਿਸ ਕਮਿਸ਼ਨ ਬੋਰਡ ਜੋ ਕਿ ਪੰਜਾਬ ਦੇ ਪੀਸੀਐਸ ਅਫਸਰ ਬਣਾਉਂਦਾ ਹੈ ਉਸ ਦੇ ਅੰਦਰ ਪੰਜਾਬੀ ਭਾਸ਼ਾ ਨੂੰ ਬੰਦ ਕਰ ਦਿੱਤਾ ਗਿਆ ਹੈ ਪੰਜਾਬੀ ਦੇ ਅੰਦਰ ਉਹਦੇ ਅੰਦਰ ਹੁਣ ਇੰਤਿਆਮ ਨਹੀਂ ਹੋਣਗੇ ਇਹ ਫਰਮਾਨ ਆ ਚੁੱਕਿਆ ਹੈ ਔਰ ਮੈਨੂੰ ਬੜੀ ਦੁੱਖ ਔਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਦੋਂ ਕੱਲ ਇਹਦੇ ਟੈਸਟ ਸ਼ੁਰੂ ਹੋਏ ਤੇ ਅਚਾਨਕ ਲੋਕਾਂ ਨੂੰ ਸ਼ੌਕ ਲੱਗਾ ਜਦੋਂ ਕਿ ਇਹ ਪੰਜਾਬੀ ਭਾਸ਼ਾ ਨਹੀਂ ਹੈਗੀ ਦਿੱਲੀ ਅੰਦਰ ਵੀ ਆਮ ਆਦਮੀ ਪਾਰਟੀ ਨੇ ਇਸੇ ਤਰ੍ਹਾਂ ਕੀਤਾ ਪੰਜਾਬੀ ਸਕੂਲਾਂ ਚ ਬੰਦ ਕਰ ਦਿੱਤੀ ਆ ਪੰਜਾਬੀ ਟੀਚਰਾਂ ਦੀ ਭਰਤੀ ਬੰਦ ਕਰਤੀ ਇੱਥੋਂ ਤੱਕ ਕਿ ਜਿਹੜੇ ਪੰਜਾਬੀ ਕਲਰਕ ਲੱਗੇ ਸੀ ਮੰਤਰੀਆਂ ਨਾਲ ਉਹ ਪੋਸਟ ਹੀ ਹਟਾ ਦਿੱਤੀ ਗਈ ਸਿੱਖ ਮੰਤਰੀ ਵੀ ਹਟਾ ਦਿੱਤਾ ਗਿਆ ਮੈਂ ਭਗਵੰਤ ਮਾਨ ਜੀ ਦੇ ਚਰਨਾਂ ਚ ਬੇਨਤੀ ਕਰਦਾ ਹਾਂ ਭਗਵੰਤ ਮਾਨ ਜੀ ਇਹ ਮਾਂ ਬੋਲੀ ਤੁਹਾਡੀ ਮੇਡੀ ਸਾਰਿਆਂ ਦੀ ਆ ਇਹ ਸਾਨੂੰ ਨਾ ਕੇਵਲ ਆਪਣੀ ਭਾਸ਼ਾ ਨਾਲ ਬਲਕਿ ਗੁਰਮੁਖੀ ਗੁਰਸਿੱਖੀ ਨਾਲ ਜੋੜਨ ਦਾ ਕੰਮ ਕਰਦੀ ਉਸ ਕਰਕੇ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਇਸ ਨੂੰ ਬੰਦ ਨਾ ਕਰੋ ਅੱਜ ਪੰਜਾਬ ਪਬਲਿਕ ਸਰਵਿਸ ਕਮਿਸ਼ਨ 'ਚ ਬੰਦ ਹੋਇਆ ਹਾਲੀਵੁੱਡੀ ਤੁਹਾਡੀ ਸਰਕਾਰ ਸਕੂਲਾਂ 'ਚ ਵੀ ਬੰਦ ਕਰ ਦੋਗੀ ਇਸ ਕਰਕੇ ਬੇਨਤੀ ਆ ਇੱਤੇ ਤੇ ਸੰਗਿਆਨ ਲਓ ਔਰ ਤੁਰੰਤ ਪੰਜਾਬੀ ਬਹਾਲੀ ਕਰੋ ਔਰ ਪੀਪੀਐਸਸੀ ਦੇ ਐਗਜ਼ਾਮ ਪੰਜਾਬੀ 'ਚ ਹੋਣੇ ਚਾਹੀਦੇ ਇਹ ਆਡਰ ਪਾਸ ਕਰੋ